ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਦੇ ਨਿਵਾਸੀ ਇੱਕ ਪਰਿਵਾਰ ਵੱਲੋਂ ਪਿੰਡ ਦੇ ਹੀ ਕੁਛ ਲੋਕਾਂ 'ਤੇ ਲਗਾਏ ਗਏ ਮੁੰਡੇ ਦੀ ਕਿਡਨੈਪਿੰਗ ਕਰਨ ਦੇ ਆਰੋਪ ਥਾਣਾ ਸਦਰ ਦੇ ਵਿੱਚ ਪਹੁੰਚ ਕੇ ਕੀਤੀ ਸ਼ਿਕਾਇਤ, ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਥਾਣਾ ਸਦਰ ਦੇ ਵਿੱਚ ਪਿੰਡ ਹਸਤਾ ਕਲਾਂ ਤੋਂ ਇੱਕ ਪਰਿਵਾਰ ਪਹੁੰਚਿਆ, ਜਿਸ ਦਾ ਆਰੋਪ ਹੈ ਕਿ ਪਿੰਡ ਦੇ ਹੀ ਕੁਛ ਲੋਕ ਉਹਨਾਂ ਦੇ ਲੜਕੇ ਨੂੰ ਚੁੱਕ ਕੇ ਲੈ ਗਏ ਹਨ। ਮਾਮਲਾ ਕੁੜੀ ਦਾ ਦੱਸਿਆ ਜਾ ਰਿਹਾ, ਕਿਹਾ ਜਾ ਰਿਹਾ ਕਿ ਪਿੰਡ ਦੇ ਹੀ ਕੁੜੀ ਕਿਸੇ ਮੁੰਡੇ ਦੇ ਨਾਲ ਭੱਜ ਗਈ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ, ਲੇਕਿਨ ਉਸ ਦੇ ਲੜਕੇ ਦਾ ਨਾਮ ਨਜਾਇਜ਼ ਤੌਰ 'ਤੇ ਲਿਆ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ 3 ਮਹੀਨੇ ਪਹਿਲੇ ਦੀ ਘਟਨਾ, ਜਿਸ ਤੋਂ ਬਾਅਦ 3-4 ਵਾਰ ਉਹ ਮੁੰਡੇ ਨੂੰ ਨਾਲ ਲਿਜਾ ਕੇ ਵੈਰੀਫਾਈ ਵੀ ਕਰਵਾ ਚੁੱਕੇ ਹਨ ਕਿ ਉਹਨਾਂ ਦਾ ਮੁੰਡਾ ਇਸ ਕੁੜੀ ਨੂੰ ਭਜਾਉਣ ਦੇ ਮਾਮਲੇ ਦੇ ਵਿੱਚ ਸ਼ਾਮਿਲ ਨਹੀਂ ਹੈ। ਜਿਸ ਤੋਂ ਬਾਅਦ ਵੀ ਹੁਣ ਉਹਨਾਂ ਵੱਲੋਂ ਅੱਜ ਤੜਕੇ 8 ਵਜੇ ਪਿੰਡ ਦੇ ਖੇਤ ਦੇ ਵਿੱਚ ਜਾ ਕੇ ਲੜਕੇ ਨੂੰ ਚੁੱਕ ਲਿਆ ਗਿਆ ਅਤੇ ਉਸਦੀ ਕਾਫੀ ਕੁੱਟਮਾਰ ਕੀਤੀ ਗਈ ਹੈ ਅਤੇ ਉਸਦੇ ਬਾਰੇ ਕੁਛ ਦੱਸਿਆ ਵੀ ਨਹੀਂ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਸ਼ਿਕਾਇਤ ਥਾਣਾ ਸਦਰ ਦੇ ਵਿੱਚ ਕੀਤੀ ਗਈ ਹੈ ਅਤੇ ਲੜਕੇ ਦੀ ਭਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਹੀ ਇਨਸਾਫ ਦੀ ਗੁਹਾਰ ਵੀ ਲਗਾਈ ਗਈ ਹੈ। ਉੱਧਰ ਇਸ ਮਾਮਲੇ ਦੇ ਵਿੱਚ ਥਾਣਾ ਸਦਰ ਦੇ SHO ਪ੍ਰੇਮਨਾਥ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੌਕੇ 'ਤੇ ਤਫਤੀਸ਼ੀ ਅਫਸਰ ਭੇਜਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਪ੍ਰਸੰਨ ਸਿੰਘ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਹਸਤਾ ਕਲਾਂ ਜੀ। ਕੀ ਸਮੱਸਿਆ ਕੀ ਹੈ, ਥਾਣੇ ਆਏ ਹੋ ਤੁਸੀਂ ਅੱਜ? ਅੱਜ ਥਾਣੇ ਆਇਆ ਸੀ, ਤੜਕੇ ਪਾਣੀ 8 ਵਜੇ ਖੇਤ ਲਾਉਣ ਗਏ ਸੀ ਅਤੇ ਉੱਥੇ ਮੇਰਾ ਜਿਹੜਾ ਪਤਰੀਆ ਹੈਗਾ ਸੀ ਉਹ ਸੜਕ ਵਾਲੇ ਪਾਸੇ ਹੈਗਾ ਸੀ ਅਤੇ ਇਹ ਗੱਡੀ ਅਚਾਨਕ ਆਈ ਸੀ ਅਤੇ ਇਹਦੇ 7-8 ਬੰਦੇ ਆਦਮੀ ਨਿਕਲੇ ਸੀ, ਉਹਨੂੰ ਚੱਕ ਕੇ ਗੱਡੀ 'ਚ ਪਾਇਆ ਨੇ। ਮੈਂ ਕੁਦਰਤੀ ਭੱਜ ਕੇ ਆਇਆ ਅਤੇ ਮੋਟਰਸਾਈਕਲ ਦੇ ਮਗਰ ਨਾਲ ਦੇ ਲਾਇਆ ਅਤੇ ਉਹਨਾਂ ਮੈਨੂੰ ਗੱਡੀ ਨਾਲ ਮੋਟਰਸਾਈਕਲ ਦੇ ਨਾਲ ਲਾਇਆ, ਉਹਨਾਂ ਗੱਡੀ 'ਤੇ ਮੈਨੂੰ ਟੱਕਰ ਮਾਰੀ ਅਤੇ ਉਹਨਾਂ ਮੈਨੂੰ ਡੇਗ ਦਿੱਤਾ ਅਤੇ ਹੁਣ ਉਹਨਾਂ ਬਹੁਤ ਕੁੱਟਮਾਰ ਕੀਤੀ ਹੈ ਅਤੇ ਗੁੰਮਰਾਹ ਕਰਕੇ ਲੈ ਗਏ ਲੋਕ ਕਿਤੇ ਗੱਡੀ 'ਚ ਪਾ ਕੇ। ਕੀ ਨਾਂ ਕੀ ਹੈ ਬੰਦੇ ਦਾ? ਅਮਨਦੀਪ। ਕਿੱਥੇ ਦਾ ਰਹਿਣ ਵਾਲਾ? ਹਸਤਾ ਕਲਾਂ ਦਾ ਜੀ। ਅਤੇ ਕਿਡਨੈਪ ਕਿੱਥੇ ਹੋਇਆ? ਇਹ ਜੀ ਹਸਤਾ ਕਲਾਂ ਤੋਂ ਪਰਾ ਬੰਨ ਕੋਲ ਸਾਡੀ ਖੇਤ 'ਚ ਜੀ। ਅੱਛਾ, ਤੁਹਾਡੇ ਖੇਤ 'ਚ ਹੋਇਆ? ਹਾਂਜੀ ਹਾਂਜੀ। ਤੇ ਕਿੰਨੇ ਵਜੇ ਦੀ ਘਟਨਾ ਹੈ ਇਹ? 8 ਵਜੇ ਦੀ ਜੀ। ਕਦੋਂ ਦੀ ਘਟਨਾ ਹੈ ਇਹ? ਅੱਜ ਤੜਕੇ ਦੀ ਹੈ ਜੀ। ਕਾਰਨ ਕੀ ਬਣਿਆ ਕਿਡਨੈਪਿੰਗ ਦਾ? ਤੁਸੀਂ ਕਹਿ ਰਹੇ ਹੋ ਕਿਡਨੈਪ ਕੀਤਾ, ਕਾਰਨ ਕੀ ਹੈ? ਇਹ ਕਾਰਨ ਹੈ ਵੀ ਸਾਡੇ ਪਿੰਡ 'ਚ ਕੁੜੀ ਨੂੰ ਮੁੰਡਾ ਕੱਢ ਕੇ ਲੈ ਗਿਆ ਜੀ। ਉਹ ਸਾਡੇ ਕੋਲ ਆਏ ਨੇ, ਅਸੀਂ ਸਫਾਈ ਦਿੱਤੀ ਹੈ, 2-4 ਵਾਰੀ ਇਹਨਾਂ ਨੂੰ ਨਾ ਦੇ ਨਾਲ ਕੱਲਿਆ ਸੀ, ਇਹਨਾਂ ਸਾਡੇ ਘਰੇ ਆਉਂਦੇ ਰਹੇ ਨੇ, ਅਸੀਂ ਇਹਨਾਂ ਦੇ ਨਾਲ ਭੇਜਦੇ ਰਹੇ। ਇਹ ਕਹਿੰਦੇ ਤੁਹਾਡਾ ਮੁੰਡਾ ਨਹੀਂ ਹੈਗਾ, ਆਹ ਹੁਣ 2 ਮਹੀਨੇ ਹੋ ਗਏ ਉਹਨਾਂ ਅੱਧ ਘਟਨਾ ਕਰਤੀ, ਇਹਨਾਂ ਚੱਕ ਕੇ ਲੈ ਗਏ ਨੇ ਜੀ। ਤੁਸੀਂ ਥਾਣੇ ਆਏ ਹੋ ਤਾਂ ਕੀ ਕਹਿੰਦੇ ਆ? ਇਹ ਹੁਣ ਥਾਣੇ ਆਏ, ਇਹਨਾਂ ਸਾਡੀ ਸੁਣਾਈ ਨਹੀਂ ਕੀਤੀ, ਹੁਣ ਅਸੀਂ SHP ਦੇ ਕੋਲ ਪੇਸ਼ ਹੋਣੇ ਹਾਂ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਬਸੰਤ ਸਿੰਘ ਜੀ। ਤੁਸੀਂ ਕਿੱਥੇ ਦਾ ਰਹਿਣ ਵਾਲੇ? ਹਸਤਾ ਕਲਾਂ ਦੇ। ਰਣਜੀਤ। ਕਿੱਥੇ ਦਾ ਰਹਿਣ ਵਾਲੇ ਹੋ? ਹਸਤਾ ਕਲਾਂ 'ਚ। ਕੀ ਮਾਮਲਾ ਕੀ ਹੈ? ਮਾਮਲਾ ਹੈ ਕੁੜੀ ਦਾ। ਅੱਛਾ, ਦੱਸੋ ਸਾਰੀ ਗੱਲ। 3 ਮਹੀਨੇ ਹੋ ਗਏ ਕੁੜੀ ਦਾ, ਪਤਾ ਸਾਰਾ ਕੁਝ ਲੱਗਾ। ਹੋਰ ਕੋਈ ਲੈ ਗਿਆ? ਹੋਰ ਕੋਈ ਲੈ ਗਿਆ ਹੈ ਵੀ ਮੇਰੇ ਮੁੰਡੇ ਦਾ ਨਜਾਇਜ਼ ਨਾ ਦਿੱਤਾ ਗਿਆ। ਅੱਛਾ ਜੀ, ਚੱਕ ਲੈ ਗਿਆ ਹੈ ਦਾ ਪੈ ਕੀਤਾ ਨੇ 8 ਵਜੇ ਤੱਕ ਚੱਕ ਤੇ ਲੈ ਗਿਆ, ਕੋਈ ਪਤਾ ਸੋਰ ਨਹੀਂ ਲੱਗਦਾ ਵੀ ਮੇਰੇ ਮੁੰਡੇ ਦਾ। ਅੱਛਾ ਹਾਂ, ਤੇ ਹੁਣ ਤੁਸੀਂ ਕਿੱਥੇ ਆਏ ਹੋ? ਅਸੀਂ ਇੱਥੇ ਥਾਣੇ ਵਿੱਚ। ਤੇ ਹੁਣ ਕੀ ਕਹਿੰਦੇ ਥਾਣੇ ਦੇ? ਥਾਣੇ ਦੇ ਸਾਹਿਬ ਜਾਏ ਨੇ।
ਇਨਸਾਫ ਚਾਹੀਦਾ। ਹਾਂ ਇਨਸਾਫ ਚਾਹੀਦਾ। ਕੀ ਨਾਮ ਮੁੰਡੇ ਦਾ? ਮੁੰਡੇ ਦਾ ਅਮਨਦੀਪ। ਅੱਛਾ, ਕਿੰਨੀ ਉਮਰ ਹੈ? 19 ਸਾਲ। ਅੱਛਾ ਜੀ, ਕੀ ਨਾਮ ਤੁਹਾਡਾ? ਜਸਵਿੰਦਰ। ਕਿੱਥੇ ਦਾ ਰਹਿਣ ਵਾਲੇ ਹੋ? ਹਸਤੇ ਚੋ। ਕੀ ਮਾਮਲਾ, ਕੀ ਤੁਸੀਂ ਥਾਣੇ ਪਹੁੰਚੇ ਹੋ? ਤੇ ਥਾਣੇ ਕੁੜੀ ਦਾ ਰੋਲਾ ਹੈਗਾ ਹੈ। ਅੱਛਾ, ਤੇ ਤੁਹਾਡਾ ਕੀ ਰੋਲਾ ਹੈ? ਸਾਡਾ ਕੁਛ ਰੋਲਾ ਨਹੀਂ, ਕੁੜੀ ਹੋਰ ਵੀ ਮੁੰਡਾ ਲੈ ਗਿਆ ਹੈ ਤੇ ਨਾ ਪੈ ਗਿਆ ਮੇਰੇ ਮੁੰਡੇ ਦਾ ਜੀ ਤੇ ਨਜਾਇਜ਼। ਹਾਂਜੀ ਹਾਂਜੀ। ਤੇ 8 ਵਜੇ ਚੱਕ ਲਏ ਨੇ ਕੁੜੀ ਨੂੰ, ਮੁੰਡੇ ਨੂੰ ਤੇ ਮੁੰਡੇ ਚੱਕ ਲਏ ਨੇ 8 ਵਜੇ ਜਗਣਾ ਤੇ ਕੁੱਟਾ ਮਾਰਾ ਨੇ, ਰਿਕਾਰਡ ਕਰ ਗਏ ਨੇ, ਮੈਨੂੰ ਲੈ ਗਏ ਨੇ, ਮੈਨੂੰ ਸਾਫ਼ ਚਾਹੀਦਾ ਹੈ। ਕੌਣ ਕਿਡਨੈਪ ਕਰਕੇ ਲੈ ਗਿਆ? ਕਿਤੇ ਆਉਂਦੇ ਮੁੰਡੇ। ਕਿੱਥੇ ਦੇ ਰਹਿਣ ਵਾਲੇ ਨੇ ਉਹ ਬੰਦੇ? ਉਹ ਹਸਤੇ ਕਲਾਣਾ ਚੋ। ਅੱਛਾ, ਲੈ ਕਿਉਂ ਗਏ ਨੇ? ਉਹ ਕੁੜੀ ਦਾ ਰੋਲਾ ਹੈਗਾ ਸੀ ਨਾ। ਅੱਛਾ, ਤੇ ਤੁਹਾਡੇ ਮੁੰਡੇ ਨੂੰ ਕਿਉਂ ਲੈ ਗਏ? ਉਹ ਨਜਾਇਜ਼ ਲੈ ਗਏ ਨੇ। ਫਿਰ ਬਟਨ ਬਟਨ ਬੜਾ ਕੁੱਟੀ ਮਾੜੀ ਪੈਰ ਬੜਿਆ ਮਾੜੀ ਪੈ ਰਹੇ ਨੇ। ਉੱਨੀ ਸਾਲ। ਹਾਂਜੀ, ਪੜ੍ਹਦਾ। ਨੌਵੀਂ ਚ ਛੱਡ ਗਿਆ ਹੁਣ।